ਭਾਰੀ ਬਾਰਿਸ਼ ਕਾਰਨ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ ਹੈ। ਦੱਸਿਆ ਜਾ ਰਿਹਾ ਉਸ ਛੱਤ ਡਿੱਗਣ ਦੇ ਕਾਰਨ ਮਲਬੇ ਹੇਠ ਇੱਕ 70 ਸਾਲਾਂ ਬਜ਼ੁਰਗ ਦੱਬ ਚੁੱਕਾ ਹੈ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਰੂਪ ਜ਼ਖਮੀ ਦੇ ਹਾਲਤ ਵਿੱਚ ਨਜ਼ਦੀਕ ਦੇ ਹਸਪਤਾਲ ਪਹੁੰਚਾਇਆ ਗਿਆ। ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ ਦੇ ਪਿੰਡ ਚਮਕਰਾ ਦੀ, ਜਿੱਥੇ ਕਿ ਦੱਸਿਆ ਜਾ ਰਿਹਾ ਕਿ ਜਦੋਂ ਸਵੇਰੇ 7:30 ਵਜੇ ਆਪਣੇ ਘਰ 'ਚ ਪਰਿਵਾਰਕ ਮੈਂਬਰ ਸੋ ਰਹੇ ਸੀ, ਦੱਸਿਆ ਜਾ ਰਿਹਾ ਕਿ ਅਚਾਨਕ ਮਕਾਨ ਦੀ ਛੱਤ ਡਿੱਗ ਪਈ, ਜਿੱਥੇ ਕਿ ਮਕਾਨ ਦੀ ਛੱਤ ਡਿੱਗਣ ਕਾਰਨ 70 ਸਾਲਾਂ ਬਜ਼ੁਰਗ ਉਸ ਮਲਬੇ ਦੇ ਹੇਠਾਂ ਦੱਬ ਗਿਆ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਭੱਜ ਕੇ ਬਚਾਈ ਹੈ। ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਕਿ ਸਰਕਾਰ ਕੋਲ ਕਾਫੀ ਦੇਰ ਤੋਂ ਇਸ ਮਕਾਨ ਦੀ ਛੱਤ ਪੱਕੀ ਕਰਾਉਣ ਵਾਸਤੇ ਕਾਗਜ਼ ਦਿੱਤੇ ਹੋਏ ਸੀ, ਪਰ ਅਜੇ ਤੱਕ ਕੋਈ ਵੀ ਸਹਾਇਤਾ ਜਿਹੜੀ ਸਰਕਾਰ ਵੱਲੋਂ ਗ੍ਰਾਂਟ ਰਾਹੀਂ ਨਹੀਂ ਮਿਲੀ, ਜਿਸ ਤੋਂ ਬਾਅਦ ਅੱਜ ਇਹ ਪਾਣਾ ਵਾਪਰ ਗਿਆ। ਅਜੇ ਤੱਕ ਜਾਨੀ ਕੋਈ ਨੁਕਸਾਨ ਨਹੀਂ ਹੋਇਆ, ਪਰ ਕਿਤੇ ਨਾ ਕਿਤੇ ਮਾਲੀ ਨੁਕਸਾਨ ਅਤੇ ਨਾਲ ਬਜ਼ੁਰਗ ਗੰਭੀਰ ਰੂਪ ਦੇ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਉਹਨਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ, ਸਾਡੇ ਮਕਾਨ ਦੀ ਛੱਤ ਜਿਹੜੀ ਗ੍ਰਾਂਟ ਦੇ ਕੇ ਪੱਕੀ ਕਰਾਈ ਜਾਵੇ। ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਨਾਲ ਸੀਨੀਅਰ ਡਾਕਟਰਾਂ ਵੱਲੋਂ ਇਸ ਪੂਰੇ ਮਾਮਲੇ ਬਾਰੇ ਕੀ ਕਿਹਾ ਪਹਿਲਾਂ ਤੁਸੀਂ ਉਹ ਵੀ ਸੁਣੋ। ਭਾਅ ਜੀ, ਇੱਦਾਂ ਗੱਲਬਾਤ ਹੋਈ ਵੀ ਸਵੇਰੇ ਨਾ ਬਾਰਿਸ਼ ਬੜੀ ਲੱਗੀ ਸੀ ਅਤੇ ਨਾ ਮੀਂਹ ਬਹੁਤ ਤੇਜ਼ ਆਉਂਦੇ, ਸਾਡੇ ਕੋਠੇ 'ਤੇ ਨਾ ਕੱਚਾ ਵਾ, ਉਹ ਮਿੱਟੀ ਡਿੱਗਣ ਡੈ ਪਈ ਆ ਅਤੇ ਆਪਾਂ ਤਾਂ ਭੱਜ ਕੇ ਬਾਹਰ ਨਿਕਲਣਾ, ਬਾਪੂ ਜੀ ਬਜ਼ੁਰਗ ਉਹਨਾਂ ਕੋਲ ਨਿਕਲਿਆ ਗਿਆ ਨਹੀਂ। ਹਾਂਜੀ, ਥੱਲੇ ਆ ਗਏ ਤੋਂ ਮਿੱਟੀ ਨੇ ਦੱਬੇ ਗਏ, ਬੜੀ ਮੁਸ਼ਕਲ ਕੱਢੇ ਆਪਾਂ। ਉਹਨਾਂ ਦੇ ਲੱਕ 'ਤੇ ਸੱਟ ਲੱਗੀ ਜੇ ਅਤੇ ਚੂਲਾ ਟੁੱਟ ਗਿਆ ਜੇ ਅਤੇ ਬਾਂਹ ਟੁੱਟ ਗਈ ਜੇ ਅਤੇ ਸਿਰ 'ਤੇ ਟਾਂਕੇ ਲੱਗੇ। ਹਾਂਜੀ, ਫਿਰ ਪਿੰਡ ਦੋ ਮੁੰਡੇ ਆਏ, ਪਿੰਡੋਂ ਮੁੰਡਾ ਲਾ ਲਏ ਅਤੇ ਫਿਰ ਬੜੀ ਮੁਸ਼ਕਲ ਕੱਢਿਆ ਮੈਂ। ਨਹੀਂ ਜੀ, ਗ੍ਰਾਂਟ ਅਜੇ ਤੱਕ ਉੱਥੇ ਲਿਸਟ 'ਚ ਨਾ ਆਇਆ, ਪਰ ਕੋਈ ਪਤਾ ਨਹੀਂ ਲੱਗਣ ਦਾ, ਨਾ ਕੋਈ ਗੌਰ ਕਰਦਾ, ਕੇਅਰ ਹੀ ਨਹੀਂ ਕੋਈ ਕਰਨ ਡਿਆ ਗ੍ਰਾਂਟ ਦੀ। ਨੁਕਸਾਨ ਜੀ, ਨੁਕਸਾਨ ਸਾਡਾ ਇਹ ਹੋਇਆ, ਸਭ ਕੁਛ ਛੱਤ ਡਿੱਗ ਗਈ ਆ ਅਤੇ ਸਭ ਕੁਛ ਜੋ ਹੈਗਾ ਘਰ ਭੱਜ ਟੁੱਟ ਭੱਜ ਗਿਆ। ਸਮਾਨ ਗਾਰਡਨ ਬਾਰੀ, ਪੇਟੀ ਪੁੱਟੀ ਅਤੇ ਭਾਂਡਾ ਟੇਕਰੀ, ਟੀ ਵੀ ਸੀ, ਮੰਜੇ ਸੀ ਦੋ, ਪੱਖੇ ਸੀ ਦੋ। ਹਾਂਜੀ, ਟੁੱਟ ਗਏ ਸਭ। ਅੰਦਰ ਮੈਂ ਸੁੱਤਾ ਸੀ ਅਤੇ ਮੇਰੇ ਨਾਲ ਮੇਰਾ ਬ੍ਰਦਰ ਸੀ ਅਤੇ ਮੇਰੀ ਮਾਮੀ ਜੀ ਸੀ ਅਤੇ ਉਹ ਬਾਪੂ ਜੀ ਸੀ ਨਾਲ ਇਹਨਾਂ ਦੇ। ਹਾਂਜੀ ਹਾਂਜੀ, ਮੰਗ ਇਹੀ ਕਰਦੇ ਆ ਵੀ ਸਾਡੀ ਸਰਕਾਰ ਕੋਲ ਮੰਗ ਇਹੀ ਆ ਵੀ ਸਾਡੇ ਮਦਦ ਕੀਤੀ ਜਾਏ, ਸਾਡੇ ਕੋਠੇ ਪਾਏ ਜਾਣ ਜੀ। ਇਹ ਨਾ ਪੁੱਤ ਮੀਂਹ ਵਰਿਆ ਅਤੇ ਮੁੰਡੇ ਨੇ ਫੋਨ ਕੀਤਾ ਸਾਨੂੰ ਵੀ ਪਾਪਾ ਅਸੀਂ ਥੱਲੇ ਆ ਗਏ ਆ, ਕੋਠਾ ਟੱਠ ਗਿਆ ਸਾਡਾ, ਜੇ ਗਰਾਊਂਡ ਮਿਲੀ ਹੁੰਦੀ ਤਾਂ ਇਹ ਕੰਮ ਕਰ ਨੂੰ ਹੋਣਾ। ਗ੍ਰਾਂਟ ਭਰੀ ਮਿਲੀ ਨੀ ਜੀ ਇਹਨਾਂ ਨੂੰ, ਜੇ ਮਿਲਦੀ ਤਾਂ ਏਦਾਂ ਕਾਹਨੂੰ ਹੁੰਦਾ ਦਿੰਦੇ ਤੇ। ਨੁਕਸਾਨ ਤਾਂ ਬਹੁਤ ਪੁੱਤ ਹੋਇਆ, ਵਿਚਾਰਿਆਂ ਦਾ ਪੱਧਰ ਹੀ ਹੋ ਗਿਆ, ਕੁਛ ਨੀ ਰਿਹਾ ਵਿਚਾਰਿਆਂ ਦਾ। ਮੰਗ ਮੈਂ ਕਰਦੇ ਆ ਵੀ ਜੋ ਗਰੀਬ ਦੀ ਮਦਦ ਕਰਨ, ਘਰ ਬਾਰ ਬਣੇ ਵਿਚਾਰੇ ਦਾ ਕੁਛ ਬਣਾਉਣ। ਹਾਂਜੀ, ਬਸ ਤੋਂ ਬਾਅਦ ਗਰੀਬ ਦਾ ਇਲਾਜ ਕਰਾਉਣ ਵਿਚਾਰੇ ਦਾ। ਯੂਸਫ ਪੇਸ਼ੈਂਟ ਪਿੰਡ ਝਬਕਰੇ ਤੋਂ, ਇਹਦਾ ਘਰ ਬੇਸਿਕਲੀ ਮਿੱਟੀ ਦਾ ਘਰ ਸੀਗਾ, ਉਹ ਛੱਤ ਉੱਪਰ ਗਿਰ ਗਈ ਅਤੇ ਇਹਦੇ ਪੋਲੀਟੋਮਾ ਹੋਇਆ ਵਾ, ਮਤਲਬ ਚੈਸਟ ਇੰਜਰੀ ਵੀ ਹੈਗੀ ਆ, ਐਬਡੋਮੀਨਲ ਇੰਜਰੀ ਵੀ ਹੈਗੀ, ਹੈਡ ਇੰਜਰੀ ਵੀ ਹੈਗੀ ਹੈ ਅਤੇ ਇਹਦੇ ਐਕਸਟ੍ਰੀਮਿਟੀ 'ਚ ਵੀ ਫ੍ਰੈਕਚਰ ਹੈਗੇ ਆ। ਅਤੇ ਅਸੀਂ ਫਸਟ ਏਡ ਦੇ ਦਿੱਤੀ ਇਹਨਾਂ ਦੇ ਪੇਸ਼ੈਂਟ ਦੇ, ਐਕਸਰੇ ਕਰਾਤੇ ਆ, ਆਈਵੀ ਫਲੂਇਡਸ ਐਂਡ ਟ੍ਰੀਟਮੈਂਟ ਸਾਰਾ ਕੁਝ ਸ਼ੁਰੂ ਕਰਤਾ ਵਾ। ਉਸ ਤੋਂ ਬਾਅਦ ਦੇਖਦੇ ਹੁਣ ਕਿਹੜੇ ਕਿਹੜੇ ਸੱਟਾਂ ਹੈਗੀਆਂ,
ਚੈਸਟ ਇੰਜਰੀ ਉਹ ਫੀਲ ਹੋ ਰਿਹਾ, ਮਤਲਬ ਮੈਂ ਐਗਜ਼ਾਮਿਨ ਕੀਤਾ, ਚੈਸਟ 'ਚ ਹੱਡੀ, ਛਾਤੀ ਦੀ ਹੱਡੀ ਟੁੱਟੀ ਹੋਈ ਹੈ। ਹੁਣ ਇੱਕ ਵਾਰੀ ਅਲਟਰਾਸਾਊਂਡ ਵੀ ਕਰਾ ਕੇ ਦੇਖਾਂਗੇ, ਅਤੇ ਫੀਮਰ ਦਾ ਹੀ ਫ੍ਰੈਕਚਰ ਲੱਗ ਰਿਹਾ। ਮੇਨ ਇਹਦੇ 3 ਬੰਦੇ ਸੁੱਤੇ ਸੀਗੇ, ਪਰ ਸੱਟ ਇਹਨਾਂ ਨੇ ਲੱਗੀ ਜ਼ਿਆਦਾ। ਹਾਂਜੀ, ਹਾਂ ਇਹਨੂੰ ਐਂਬੂਲੈਂਸ ਲੈ ਆਇਆ, ਐਂਬੂਲੈਂਸ ਲੈ ਆਇਆ। ਪੇਸ਼ੈਂਟ ਸਟੇਬਲ ਹੈ, ਪੇਸ਼ੈਂਟ ਠੀਕ ਹੈ, 98% ਇਹਦੀ ਆਕਸੀਜਨ ਆ ਰਹੀ ਹੈ, ਬੀ ਪੀ ਵੀ ਠੀਕ ਹੈ, 110/70 ਬੀ ਪੀ ਹੈ।